ਸਾਹ ਪ੍ਰਣਾਲੀ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ ਤੇ ਸਾਹ ਪ੍ਰਣਾਲੀ ਦੀ ਸਿਹਤ ਦੀ ਗੱਲ ਕੀਤੀ ਹੈ, ਉਹ ਬਹੁਤ ਵਿਸਥਾਰ ਚ ਗੱਲ ਹੋਈ ਹੈ ਆਪਣੀ, ਤੇ ਲੇਕਿਨ ਉਹਦਾ ਮੈਂ ਸੋਚਦਾ ਕਿ ਅੱਜ ਥੋੜ੍ਹਾ ਜਿਹਾ ਆਪਾਂ ਉਹਦਾ ਸੰਖੇਪ ਕਰ ਦਈਏ ਸਾਰੇ 3-4 ਦਿਨਾਂ ਦਾ, ਤਾਂ ਕਿ ਉਹਦਾ ਜਿਹੜਾ ਫਿਰ ਇੱਕ ਵਾਰੀ ਥੋੜ੍ਹੀ ਜਿਹੀ ਦੁਬਾਰਾ ਤੋਂ ਮਨ 'ਚ ਆ ਜਾਏਗੀ ਵੀ ਕੀ ਕੀ ਸਮੱਸਿਆਵਾਂ ਹੁੰਦੀਆਂ ਅਤੇ ਕੀ ਕੀ ਉਹਦੇ ਹੱਲ ਨੇ। ਤੋਂ ਆਪਾਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਸਾਹ ਪ੍ਰਣਾਲੀ ਦੇ ਦੀ ਬਣਤਰ ਜਿਹੜੀ ਹੈ ਉਹ ਉਹਦੇ ਉਹਦੇ ਤੋਂ ਕਿ ਸਾਹ ਪ੍ਰਣਾਲੀ ਦੀ ਵਰਤਣ ਜਿਹੜੀ ਬਣਤਰ ਜਿਹੜੀ ਹੈ ਪੁੱਠੇ ਦਰਖਤ ਵਰਗੀ ਹੈ, ਅਤੇ ਜਿਸ ਤਰ੍ਹਾਂ ਇੱਕ ਤਣਾ ਹੁੰਦਾ ਉਹ ਸਾਹ ਦੀ ਨਾਲੀ ਹੈ, ਮੁੱਖ ਨਾਲੀ ਹੈ ਜਿਹੜੀ ਇੱਕ ਹੈ, ਅਤੇ ਉਸ ਤੋਂ ਅੱਗੇ ਫਿਰ ਅੱਗੇ ਬ੍ਰਾਂਚਾਂ ਤੋਂ ਹੁੰਦੀਆਂ ਸੈਂਕੜੇ ਵਾਰੀ ਬ੍ਰਾਂਚਾਂ ਹੋ ਕੇ ਅਲਟੀਮੇਟਲੀ ਬਹੁਤ ਬਰੀਕ ਜੀ ਜਿੱਦਾਂ ਪੱਤੇ ਦੀ ਟਹਿਣ ਹੁੰਦਾ ਡੰਡੀ ਹੁੰਦੀ ਹੈ, ਇੱਦਾਂ ਡੰਡੀ ਵਰਗੀ ਇੱਕ ਪਾਈਪ ਪਿੱਛੋਂ ਸਭ ਤੋਂ ਛੋਟੀ ਹੁੰਦੀ ਹੈ, ਅਤੇ ਉਹਦੇ 'ਚ ਅੱਗੇ ਜਾ ਕੇ ਫਿਰ ਜਿਵੇਂ ਪੱਤਾ ਹੁੰਦਾ ਤਾਂ ਉਹਦੇ ਅੱਗੇ ਇੱਕ ਗੁਬਾਰਾ ਜਿਹਾ ਹੁੰਦਾ ਛੋਟਾ ਜਿਹਾ ਗੁਬਾਰਾ, ਨੰਗੀ ਅੱਖਰਾਂ ਦੇਖਣ ਵਾਲਾ ਨਹੀਂ ਹੁੰਦਾ, ਉਹ ਵੀ ਕਿਤੇ ਮਾਈਕਰੋਸਕੋਪ ਨਾਲ ਦੇਖਣਾ ਪੈਂਦਾ, ਤਾਂ ਉਹਦੇ 'ਚ ਜਾ ਕੇ ਹਵਾ ਫਿਰ ਜਿਹੜਾ ਗੈਸਾਂ ਦਾ ਲੈਣ ਦੇਣ ਹੁੰਦਾ, ਹਵਾ ਤੋਂ ਆਕਸੀਜਨ ਜਿਹੜਾ ਹੈ ਖੂਨ 'ਚ ਚਲੀ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਜਿਹੜੀ ਬਣੀ ਹੁੰਦੀ ਹੈ ਉਹ ਵਾਪਸ ਹਵਾ 'ਚ ਆ ਜਾਂਦੀ ਹੈ ਤਾਂ ਕਿ ਬਾਹਰ ਨਿਕਲ ਬਾਹਰ ਕੱਢੀ ਜਾ ਸਕੇ। ਫਿਰ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਇਹਦੀਆਂ ਬਿਮਾਰੀਆਂ ਨੇ ਉਹ 'ਚ ਸਭ ਤੋਂ ਜਿਹੜੀ ਕਾਮਨ ਬਿਮਾਰੀ ਹੈ ਸਾਹ ਪ੍ਰਣਾਲੀ ਦੀ ਉਹ ਹੈਗੀ ਜ਼ੁਕਾਮ, ਜਿਹਨੂੰ ਫਲੂ ਕਹਿ ਦਿੰਦੇ ਆ ਜਾਂ ਜ਼ੁਕਾਮ ਕਹਿ ਦਿੰਦੇ ਆ। ਹੁਣ ਇੱਥੇ ਬੜਾ ਥੋੜ੍ਹਾ ਜਿਹਾ ਹੋ ਰਿਹਾ ਕਿ ਜਿਵੇਂ ਕੋਈ ਕਰੋਨਾ ਵੱਖਰਾ ਜਿਹਾ ਕੰਮ ਹੁੰਦਾ, ਫਲੂ ਵੱਖਰਾ ਜਿਹਾ ਹੁੰਦਾ ਅਤੇ ਜ਼ੁਕਾਮ ਵੱਖਰਾ ਜਿਹਾ ਹੁੰਦਾ, ਇੱਦਾਂ ਕੁਛ ਨਹੀਂ ਹੈ। ਅਲਾਮਤਾਂ ਉਹੀ ਨੇ ਅਲਾਮਤਾਂ ਕੀ ਨੇ ਕਿ ਗਲ 'ਚ ਕੁਰਕਰੀ ਹੁੰਦੀ ਹੈ, ਨੱਕ ਵਗਦਾ, ਛਿੱਕਾਂ ਆਉਂਦੀਆਂ ਨੇ, ਬੁਖਾਰ ਹੋ ਜਾਂਦਾ, ਕਈ ਵਾਰੀ ਸਿਰ ਦੁਖਦਾ, ਸਰੀਰ ਟੁੱਟਦਾ, ਮਾੜੀ ਮੋਟੀ ਠੰਡ ਲੱਗਦੀ ਹੈ, ਇਹ ਸਾਰੀਆਂ ਅਲਾਮਤਾਂ ਇੱਕੋ ਜਿਹੀਆਂ ਨੇ, ਸਾਰਿਆਂ 'ਚ ਇੱਕੋ ਜਿਹੀਆਂ ਨੇ, ਉਹਨੂੰ ਨਾਂ ਜੋ ਮਰਜ਼ੀ ਦੇ ਲਓ, ਕਿਉਂਕਿ ਵਾਇਰਸ ਉਹਦੇ 'ਚ ਜ਼ਿਆਦਾ ਹੈ, ਵਾਇਰਸ ਕਰਕੇ ਹੁੰਦਾ, ਤਾਂ ਜੇ ਉਹ ਵਾਇਰਸ ਬਹੁਤ ਜ਼ਿਆਦਾ ਨੇ, ਇਸ ਕਰਕੇ ਕੋਈ ਵਾਇਰਸ ਹਲਕਾ ਫੁਲਕਾ ਕਰਦੀ ਹੈ, ਜਿਹਨੂੰ ਆਮ ਜ਼ੁਕਾਮ ਕਹਿ ਦਿੰਦੇ ਆਪਾਂ, ਜਿਹਦੇ 'ਚ ਮਰਨ ਮੁਰਨ ਦਾ ਕੋਈ ਡਰ ਨਹੀਂ ਹੁੰਦਾ, ਅਤੇ ਇੱਕ ਹੁੰਦਾ ਥੋੜ੍ਹਾ ਜਿਹਾ ਜਿਹੜਾ ਜ਼ਿਆਦਾ ਉਸ ਤੋਂ ਸਖਤ ਹੁੰਦਾ ਕਿ ਉਹਦੇ 'ਚ ਕਈ ਵਾਰੀ ਅਗਰ ਉਲਝ ਜਾਵੇ ਬੰਦਾ ਤਾਂ ਮੌਤ ਦਾ ਵੀ ਸੰਭਾਵਨਾ ਹੁੰਦੀ ਹੈ, ਉਹਦਾ ਉਹਨੂੰ ਫਲੂ ਕਹਿ ਦਿੰਦੇ ਆ। ਉਹ ਜਿਹੜਾ ਪਿਛਲੀ ਵਾਰੀ ਫੈਲ ਰਿਹਾ ਸੀ ਸਵਾਈਨ ਫਲੂ ਬੜਾ ਮਸ਼ਹੂਰ ਹੋਇਆ ਸੀਗਾ, ਜਿਹੜਾ H1N1 ਜਿਹੜਾ ਨੌ 'ਚ ਸਭ ਤੋਂ ਪਹਿਲਾਂ ਇੱਦਾਂ ਹੀ ਉਹਦੀ ਇੱਕ ਹੋਈ ਸੀ ਜਿੱਦਾਂ ਹੁਣ ਹੋਈ ਹੈ, ਅਤੇ ਲੇਕਿਨ ਬਾਅਦ 'ਚੋਂ ਵੀ ਜਿਹੜਾ ਸੀਗਾ ਫਰੋਡ ਨਿਕਲਿਆ ਸੀਗਾ, ਅਤੇ ਕਿ ਉਹ ਵੀ ਕੋਈ ਪੈਂਡੈਮਿਕ ਨਵੀਂ ਨਹੀਂ ਸੀਗੀ, ਪੁਰਾਣਾ ਸੀ, ਸਦੀਆਂ ਤੋਂ ਚੱਲਿਆ ਆ ਰਿਹਾ ਫਲੂ ਸੀਗਾ, ਅਤੇ ਉਹਨੂੰ ਨਵਾਂ ਜਿਹਾ ਨਾਂ ਦੇ ਦਿੱਤਾ ਸੀਗਾ ਸਵਾਈਨ ਫਲੂ ਅਤੇ H1N1 ਵਗੈਰਾ, ਪਹਿਲਾਂ ਇਹ ਸ਼ਬਦਾਵਲੀ ਪਤਾ ਨਹੀਂ ਸੀ ਲੋਕਾਂ ਨੂੰ। ਇਸ ਤਰ੍ਹਾਂ ਆਪਾਂ ਉਹ ਜ਼ੁਕਾਮ ਦੀ ਗੱਲ ਕੀਤੀ, ਅਤੇ ਜ਼ੁਕਾਮ ਤੋਂ ਬਾਅਦ ਪੁਰਾਣੇ ਜ਼ੁਕਾਮ ਦੀ ਗੱਲ ਕੀਤੀ ਆਪਾਂ ਨੇ ਕਿ ਪੁਰਾਣਾ ਜ਼ੁਕਾਮ ਹੋ ਜਾਂਦਾ ਫਿਰ ਕਈ ਵਾਰੀ ਵਿਗੜ ਜਾਂਦਾ ਜ਼ੁਕਾਮ, ਤਾਂ ਉਹਦੇ 'ਚ ਅੰਦਰ ਜਿਹੜੀ ਸਾਈਨੋਸਾਈਟਸ ਹੈ ਆਪਾਂ ਗੱਲ ਕੀਤੀ ਸੀ ਕਿ ਸਾਈਨੋਸਾਈਟਸ ਜਿਹੜੀ ਹੁੰਦੀ ਹੈ ਸਾਈਨਸ ਦੀ ਇਨਫੈਕਸ਼ਨ ਹੁੰਦੀ, ਸਾਡੇ ਨੱਕ ਦੇ ਆਲੇ ਦੁਆਲੇ ਦੇ ਹਵਾ ਦੀਆਂ ਡੱਬੀਆਂ ਨੇ ਜਿਹੜੀਆਂ ਕੁਦਰਤ ਨੇ ਪਰਮਾਤਮਾ ਨੇ ਸਾਨੂੰ ਸਾਡੀ ਜਿਹੜੀ ਆਵਾਜ਼ ਨੂੰ ਸੁੰਦਰ ਕਰਨ ਲਈ, ਆਵਾਜ਼ ਨੂੰ ਵਧੀਆ ਕਰਨ ਲਈ ਉਹਨੂੰ ਲਾਈਆਂ ਨੇ, ਤਾਂ ਕਿ ਆਵਾਜ਼ ਗੂੰਜੇ ਅਤੇ ਗੂੰਜਣ ਨਾਲ ਸਾਡੀ ਆਵਾਜ਼ ਜਿਹੜੀ ਵਧੀਆ ਬਣਦੀ ਹੈ, ਜੇ ਉਹ ਸੈਂਸ ਬੰਦ ਹੋ ਜਾਂਦੇ ਜਦੋਂ ਆਵਾਜ਼ ਸਾਡੀ ਬੜੀ ਅਜੀਬ ਜਿਹੀ ਹੋ ਜਾਂਦੀ ਹੈ, ਤਾਂ ਉਹ ਸੈਂਸ ਦੀ ਇਨਫੈਕਸ਼ਨ ਹੋ ਜਾਂਦੀ, ਕਿਉਂਕਿ ਸਾਇੰਸ ਦੇ ਜਿਹੜੇ ਬਾਹਰ ਨੱਕ ਨਾਲ ਜੁੜੀਆਂ ਜਿਹੜੀਆਂ ਮੋਰੀਆਂ ਹੁੰਦੀਆਂ ਨੇ ਜੋੜਨ ਵਾਲੀਆਂ, ਉਹ ਬਹੁਤ ਭੀੜੀਆਂ ਜਿਹੀਆਂ ਹੁੰਦੀਆਂ ਨੇ, ਰਸਤਾ ਬਹੁਤ ਭੀੜਾ ਹੁੰਦਾ, ਜਿਵੇਂ ਕਿਸੇ ਬੰਦ ਕਮਰੇ 'ਚ ਕੋਈ ਨਿੱਕੀ ਜਿਹੀ ਮੋਰੀ ਰੱਖੀ ਹੋਵੇ, ਇੱਦਾਂ ਦਾ ਕੰਮ ਹੁੰਦਾ, ਉਹਦੇ 'ਚ ਜਦੋਂ ਕੋਈ ਉਹ ਜਿਹੜਾ ਪਾਣੀ ਹੈ, ਰੇਸ਼ਾ ਹੈ, ਕੋਈ ਹੋਰ ਚੀਜ਼ ਜਦੋਂ ਵੜ ਜਾਂਦੀ ਹੈ, ਜਾਂ ਕੋਈ ਵੀ ਪ੍ਰਦੂਸ਼ਣ ਕਰਨ ਵਾਲਾ ਕੋਈ ਡਸਟ ਪਾਰਟੀਕਲ ਵੜ ਗਏ, ਕੋਈ ਕੋਲਾ ਵੜ ਗਿਆ, ਉਹ ਸਾਰੇ ਕਿਤੇ ਨਾ ਜਾ ਕੇ ਉੱਥੇ ਜੰਮਦੇ ਆ, ਅਤੇ ਉਹਦੇ 'ਚ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ, ਅਤੇ ਉਹਨੂੰ ਅਸੀਂ ਕਹਿ ਦਿੰਦੇ ਸਾਈਨੋਸਾਈਟਸ, ਯਾਨੀ ਕਿ ਸਾਈਨਸਿਸ ਦੀ ਸੋਜਿਸ਼। ਉਹ ਸੋਜਿਸ਼ ਹੋਣ ਨਾਲ ਕੀ ਹੁੰਦਾ ਕਿ ਜਿਹੜੀਆਂ ਮੋਰੀਆਂ ਜਿਹੜੀਆਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਸੀਗੀਆਂ ਡਰੇਨ ਕਰਨ ਵਾਲੀਆਂ, ਉਹ ਵੀ ਬੰਦ ਹੋ ਜਾਂਦੀਆਂ ਨੇ ਜਾਂ ਬਹੁਤ ਹੋਰ ਪੀੜੀਆਂ ਹੋ ਜਾਂਦੀਆਂ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਸਾਈਨਸ ਦੇ ਅੰਦਰ ਜਿਹੜਾ ਇਕੱਠਾ ਹੁੰਦਾ ਪਾਣੀ ਅਤੇ ਲੇਸ ਜੀ ਅਤੇ ਜਾਂ ਰੇਸ਼ਾ, ਤਾਂ ਉਹ ਬਾਹਰ ਨਿਕਲਦਾ ਹੀ ਨਹੀਂ ਫਿਰ, ਤਾਂ ਉਹਨੂੰ ਅਸੀਂ ਫਿਰ ਉਹ ਬਹੁਤ ਵੱਡੀ ਇੱਕ ਸਮੱਸਿਆ ਹੁੰਦੀ ਹੈ, ਉਹ ਲਗਭਗ ENT ਦੇ ਸਾਰੀਆਂ ਬਿਮਾਰੀਆਂ 'ਚ ਜੜ ਉਹ ਹੁੰਦੀ ਹੈ, ਉਹਨੂੰ ਅਸੀਂ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ, ਅਤੇ ਜੇ ਅਸੀਂ ਉਹਨੂੰ ਠੀਕ ਕਰ ਲਈਏ ਉਸ ਉਹ ਜਿਹੜਾ ਇਕੱਠਾ ਹੋਇਆ ਉਹਦੇ ਅੰਦਰ ਜਿਹੜਾ ਵੇਸਟ ਮਟੀਰੀਅਲ ਹੈ, ਜੇ ਅਸੀਂ ਬਾਹਰ ਕੱਢ ਸਕੀਏ ਤਾਂ ਫਿਰ ਜਿਹੜਾ ਉਹ ਜਿਹੜਾ ਅਸੀਂ ਜੜ ਫੜ ਲਈ ਸਮਝੋ, ਉਹਦੇ ਤਰੀਕਿਆਂ ਦੀ ਗੱਲ ਕੀਤੀ ਸੀ ਆਪਾਂ ਨੇ। ਫਿਰ ਆਪਾਂ ਗੱਲ ਕੀਤੀ ਸੀ ਟੌਂਸਲ ਦੀ ਗੱਲ ਕੀਤੀ ਸੀਗੀ ਕਿ ਟੌਂਸਲ ਦਾ ਆਪਰੇਸ਼ਨ ਕਿਵੇਂ ਜਿਹੜਾ ਕਰਨਾ ਜਿਹੜਾ ਉਹ ਬਹੁਤ ਹੀ ਮਾੜੀ ਗੱਲ ਹੈ, ਟੌਂਸਲ ਦਾ ਆਪਰੇਸ਼ਨ ਨਹੀਂ ਹੋਣਾ ਚਾਹੀਦਾ, ਟੌਂਸਲ ਜਿਹੜਾ ਬਿਨਾਂ ਆਪਰੇਸ਼ਨ ਦੇ ਸਭ ਬੱਚਿਆਂ ਦੀ ਠੀਕ ਹੋ ਸਕਦੀ ਹੁੰਦੀ ਹੈ। ਟੌਂਸਲ ਇਸ ਕਰਕੇ ਵੱਡੇ ਹੁੰਦੇ ਆ ਕਿ ਉਹ ਜਿਹੜੀ ਸਾਈਨਸ ਦੇ ਅੰਦਰ ਗੰਦਗੀ ਇਕੱਠੀ ਹੋਈ ਹੁੰਦੀ ਹੈ, ਉਹ ਜਦੋਂ ਅਸੀਂ ਲੇਟਦੇ ਹਾਂ, ਬੈਠਦੇ ਹਾਂ, ਉੱਠਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਪਿੱਛੇ ਗਲ 'ਚ ਗਿਰਦੀ ਰਹਿੰਦੀ, ਕਿਉਂਕਿ ਸਾਈਨਸ ਸਾਰੇ ਜਿਹੜੇ ਗਲ 'ਚ ਕਨੈਕਟਡ ਨੇ, ਉਹ ਜਦੋਂ ਗਲ 'ਚ ਗਿਰਦੀ ਹੈ ਰੇਸ਼ਾ, ਤਾਂ ਉਹ ਫਿਰ ਉਹਨੂੰ ਆਪਣੇ ਆਪ ਨੂੰ ਫੇਫੜਿਆਂ ਨੂੰ ਬਚਾਉਣ ਵਾਸਤੇ ਉਹਨੂੰ ਕੁਦਰਤ ਨੂੰ ਟੌਂਸਲ ਨੂੰ ਵੱਡੇ ਕਰਨਾ ਪੈਂਦਾ, ਤਾਂ ਕਿ ਉਹ ਇੱਕਦਮ ਜਿਹੜਾ ਉਸ ਚੀਜ਼ ਦਾ ਆਪਣਾ ਜਿਹੜਾ ਰੋਲ ਹੈ ਉਹਦਾ ਜਿਹਨੂੰ ਕਹਿੰਦੇ ਬਾਡੀ ਗਾਰਡ ਵਾਲਾ ਉਹ ਨਿਭਾ ਸਕਣ, ਤਾਂ ਉਹ ਵੱਡੇ ਵੱਡੇ ਹੋ ਜਾਂਦੇ ਆ। ਉਹ ਬੱਚਿਆਂ ਦੇ ਜ਼ਿਆਦਾ ਹੁੰਦੇ, ਕਿਉਂਕਿ ਬੱਚਿਆਂ ਦੇ ਅੰਦਰ ਜਿਹੜੀਆਂ ਜਿਹੜੀ ਇਮਿਊਨਿਟੀ ਹੁੰਦੀ ਘੱਟ ਹੁੰਦੀ ਹੈ, ਅਤੇ ਬੱਚੇ ਦਾ ਜਿਹੜਾ ਸਰੀਰ ਹੈ
ਉਹਨੂੰ ਨਾਲ ਦੀ ਨਾਲ ਮੈਸੇਜ ਦਿੰਦਾ ਹੈ ਕਿ ਵੀ ਇਹ ਜਿਹੜਾ ਨੁਕਸਾਨ ਕਰਨ ਵਾਲਾ ਕੋਈ ਕੋਈ ਬੈਕਟੀਰੀਆ ਜਾਂ ਵਾਇਰਸ ਹੈ, ਤਾਂ ਉਹ ਫਿਰ ਇਸ ਕਰਕੇ ਉਹਨਾਂ ਨੂੰ ਫੌਜੀਆਂ ਨੂੰ ਵੱਡਾ ਕਰ ਦਿੰਦਾ, ਭਲਵਾਨ ਬਣਾ ਦਿੰਦਾ। ਉਹ ਇੱਕ ਕੁਦਰਤ ਦੀ ਗਿਫਟ ਹੈ, ਉਹਨੂੰ ਅੱਗੋਂ ਬਿਮਾਰੀ ਨਹੀਂ ਸਮਝਣਾ ਚਾਹੀਦਾ, ਲੇਕਿਨ ਉਹ ਕਈ ਵਾਰੀ ਜਦੋਂ ਲੋੜ ਤੋਂ ਵੱਧ ਅਗਰ ਵੱਡੀ ਹੁੰਦੀ ਹੈ ਜਾਂ ਸੋਜਿਸ਼ ਰਹਿੰਦੀ ਉਹਦੀ, ਤਾਂ ਉਹ ਦਿੱਕਤ ਕਰਦੀ, ਫਿਰ ਉਹਨੂੰ ਡੀਲ ਆਪਾਂ ਬਿਨਾਂ ਆਪਰੇਸ਼ਨ ਤੋਂ ਕੀਤਾ ਜਾ ਸਕਦਾ। ਫਿਰ ਆਪਾਂ ਅੱਗੇ ਕਿਸੇ ਗੱਲ ਵੀ ਨਮੋਨੀਆ ਹੋ ਸਕਦਾ, ਥੱਲੇ ਥੱਲੇ ਇਨਫੈਕਸ਼ਨ ਚਲੀ ਜਾਣ ਬ੍ਰੌਂਕਾਈਟਿਸ ਕਹਿ ਦਿੰਦੇ ਆ, ਹੋਰ ਥੱਲੇ ਚਲੀ ਜਾਏ ਤਾਂ ਉਹਨੂੰ ਨਮੋਨੀਆ ਕਹਿ ਦਿੰਦੇ ਆ। ਨਮੋਨੀਆ ਦੇ ਵਿੱਚ ਫਿਰ ਮਰਨ ਦਾ ਡਰ ਹੁੰਦਾ। ਅਸਥਮਾ ਇਸ ਤਰ੍ਹਾਂ ਦੇ ਅਸਥਮਾ ਦੇ ਅੰਦਰ ਜਿਹੜੇ ਜਿਹੜੀਆਂ ਜਿਹੜੀਆਂ ਅੱਗੇ ਆਪਾਂ ਬ੍ਰਾਂਚਦਾਰ ਬ੍ਰਾਂਚ ਉਹਦੀ ਹੁੰਦੀ ਹੈ ਸਾਹ ਦੀ ਨਾਲੀ ਦੀ, ਉਹਦੀ ਕਈ ਵਾਰ ਸੋਜਿਸ਼ ਹੋ ਜਾਂਦੀ ਹੈ ਅਤੇ ਸੋਜਿਸ਼ ਹੋ ਕੇ ਉਹ ਹੋਰ ਪੀੜੀ ਹੋ ਜਾਂਦੀ ਹੈ, ਸਪਾਜ਼ਮ ਹੋ ਜਾਂਦਾ ਉਹਦੇ ਅੰਦਰ, ਤਾਂ ਉਹ ਜਿਹੜਾ ਉਹਦੇ ਅੰਦਰ ਜਿਹੜਾ ਉਹਨੂੰ ਬਦਾਮਾ ਕਹਿ ਦਿੰਦੇ ਆ। ਇਸੇ ਗੱਲ ਆਪਾਂ ਜਿਹੜੀ ਸੀਗੀ ਅਲਟੀਮੇਟਲੀ ਉਹਦੀ ਭੁੱਲ ਗਈ ਸੀ ਕਰਨੀ, ਉਹਨੂੰ ਕਹਿੰਦੇ COPD, COPD ਯਾਨੀ ਕਿ ਕਰੋਨਿਕ ਅਬਸਟ੍ਰਕਟਿਵ ਪਲਮਰੀ ਡਿਜ਼ੀਜ਼, ਯਾਨੀ ਕਿ ਉਹਦੀ ਨਾਲੀ ਦੀਆਂ ਜਿਹੜੀਆਂ ਏਅਰ ਪਾਈਪਸ ਹੁੰਦੀਆਂ ਨੇ ਛੋਟੀਆਂ ਛੋਟੀਆਂ ਏਅਰ ਪਾਈਪਸ ਖਾਸ ਕਰਕੇ, ਉਹ ਕਈ ਵਾਰੀ ਪੱਕੇ ਤੌਰ 'ਤੇ ਪੀੜੀਆਂ ਹੋ ਜਾਂਦੀਆਂ ਨੇ। ਇਹਦੇ 'ਚ ਤਾਂ ਪਹਿਲਾਂ ਜਿਹੜੀਆਂ ਬਿਮਾਰੀਆਂ ਸੀ ਵਿੱਚ ਨਾ ਅਸਥਮਾ 'ਚ ਵੀ ਜਿਹੜਾ ਅਰਜੀ ਤੌਰ 'ਤੇ ਪੀੜੀ ਹੋਈ, ਫਿਰ ਜਦੋਂ ਅਸਥਮਾ ਠੀਕ ਹੋ ਗਿਆ ਫਿਰ ਉਹ ਖੁੱਲ੍ਹ ਜਾਂਦੀ ਸੀ, ਫਿਰ ਜਦੋਂ ਅਸਥਮਾ ਦਾ ਅਟੈਕ ਹੋਇਆ ਫਿਰ ਪੀੜੀ ਹੋ ਜਾਂਦੀ ਸੀ ਫਿਰ ਖੁੱਲ੍ਹ ਜਾਂਦੀ ਸੀ। ਲੇਕਿਨ ਇੱਥੇ ਆ ਕੇ ਕੀ ਹੁੰਦਾ ਕਿ ਹੌਲੀ 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 ਬਿਮਾਰੀ ਇੰਨੀ ਪੁਰਾਣੀ ਹੋ ਜਾਂਦੀ ਹੈ ਕਿ ਉਹ ਪਾਈਪਾਂ ਜਿਹਨੂੰ ਕਹਿੰਦੇ ਸਖ਼ਤ ਹੋ ਜਾਂਦੀਆਂ ਨੇ, ਉਹ ਖੁੱਲ੍ਹਣ ਦੀ ਸਮਰੱਥਾ ਨਹੀਂ ਰਹਿੰਦੀ ਉਹਨਾਂ ਦੀ। ਉੱਥੇ ਆਪਾਂ ਕਹਿ ਦਿੰਦੇ ਹਾਂ ਕਰੋਨਿਕ ਅਬਸਟ੍ਰਕਟਿਵ ਪਲਮਨਰੀ ਡਿਜ਼ੀਜ਼ ਤਾਂ ਬਹੁਤ ਵੱਡਾ ਕਿਲਰ ਹੈ, ਦੁਨੀਆ ਦੀਆਂ ਟੌਪ 10 ਬਿਮਾਰੀਆਂ 'ਚ ਉਹ ਕਿਲਰ ਹੈ। ਜੇ ਅਸੀਂ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ ਨੂੰ ਠੀਕ ਢੰਗ ਨਾਲ ਡੀਲ ਨਹੀਂ ਕਰਾਂਗੇ ਤਾਂ ਅਲਟੀਮੇਟਲੀ ਅਸੀਂ ਕਈ ਵਾਰੀ ਕਰੋਨਿਕ ਅਬਸਟ੍ਰਕਟਿਵ COPD ਚਲੇ ਜਾਂਦੇ ਹਾਂ। COPD ਦਾ ਕਾਰਨ ਦਮਾ ਵੀ ਹੁੰਦਾ, COPD ਦਾ ਕਾਰਨ ਸਮੋਕਿੰਗ ਵੀ ਹੈ, ਬਹੁਤ ਵੱਡਾ ਸਮੋਕਿੰਗ ਬਹੁਤ ਵੱਡਾ ਕਾਰਨ ਹੈ, ਉਹਦਾ ਕਾਰਨ ਪ੍ਰਦੂਸ਼ਣ ਵੀ ਹੋ ਸਕਦਾ। ਉਹਦਾ ਕਾਰਨ ਆਪਣਾ ਸਾਹ ਪ੍ਰਣਾਲੀ ਵੱਲ ਧਿਆਨ ਨਾ ਦੇਣਾ, ਉਹਨਾਂ ਨੂੰ ਵਾਰ ਵਾਰ ਇਨਫੈਕਸ਼ਨ ਹੁੰਦੇ ਰਹਿਣਾ ਵੀ ਹੋ ਸਕਦਾ। ਤਾਂ ਅਨੇਕਾਂ ਕਾਰਨ ਨੇ, ਉਹ ਸਮੋਕਿੰਗ ਜਿਹੜੀ ਬਹੁਤ ਵੱਡਾ ਕਾਰਨ ਰਹੀ ਹੈ ਹੁਣ ਤੱਕ, ਲੇਕਿਨ ਹੁਣ ਕਿਉਂਕਿ ਸਮੋਕਿੰਗ ਥੋੜ੍ਹੀ ਘਟੀ ਹੋਈ ਹੈ, ਹੁਣ ਜਿਹੜਾ ਦਮਾ ਹੈ ਪੰਜਾਬ 'ਚ ਖਾਸ ਕਰਕੇ ਸਮੋਕਿੰਗ ਦਾ ਉਹਨਾਂ ਦਿੱਕਤ ਨਹੀਂ ਹੈ, ਨਹੀਂ ਤਾਂ ਦਮੇ ਦੀ ਬਹੁਤ ਦਿੱਕਤ, ਦਮੇ ਕਰਕੇ ਹੌਲੀ ਹੌਲੀ ਲੋਕ ਕਰੋਨਿਕ COPD ਚਲੇ ਜਾਂਦੇ। ਤੋ ਇਹ ਸਾਰੀਆਂ ਬਿਮਾਰੀਆਂ ਆਪਾਂ ਨੇ ਜਿਹੜਾ ਸਾਹ ਪ੍ਰਣਾਲੀ ਦੀਆਂ ਨੂੰ ਮੋਟਾ ਮੋਟਾ ਗਿਣਿਆ ਸੀਗਾ। ਉਹ 'ਚ ਆਪਾਂ ਜਿਹੜੇ ਜਿਹੜੀ ਗੱਲ ਕੀਤੀ ਸੀਗੀ ਕਿ ਇਸ ਢੰਗ ਦੇ ਨਾਲ ਆਪਾਂ ਆਪਣਾ ਬਚਾਓ ਕਰਨਾ ਅਤੇ ਆਪਣੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਰੱਖਣਾ ਔਰ ਸਿਹਤਮੰਦ ਰੱਖਣਾ। ਉਹ 'ਚ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਜ਼ੁਕਾਮ ਅਤੇ ਉੱਪਰਲਾ ਸਾਰਾ ਸਿਸਟਮ ਕੋਈ ਵਿਗੜਿਆ ਹੋਵੇ, ਤਾਂ ਵੀ ਵੈਸੇ ਨਾ ਵੀ ਵਿਗੜਿਆ ਹੋਵੇ ਤਾਂ ਵੀ ਉੱਪਰਲੇ ਗਰਾਰੇ ਕਰਨੇ ਜਿਹੜੇ ਨੇ ਉਹ ਜ਼ਰੂਰੀ ਨੇ, ਕਿਉਂਕਿ ਉਹ ਪੈਸੇ ਜਿਹੜੇ ਨੇ ਜਿਹੜੇ ਹਵਾ ਆਉਣ ਜਾਣ ਦੇ ਰਸਤੇ ਨੇ ਉਹ ਬਿਲਕੁਲ ਐਨ ਸਾਫ਼ ਸੁਥਰੇ, ਕੋਈ ਸੋਜਿਸ਼ ਨਹੀਂ ਹੋਣੀ ਚਾਹੀਦੀ ਉਹ 'ਚ, ਔਰ ਖੁੱਲ੍ਹੇ ਰਹਿਣੇ ਚਾਹੀਦੇ ਆ, ਸਾਇਨਸ ਦੀਆਂ ਮੋਰੀਆਂ ਖੁੱਲ੍ਹੀਆਂ ਰਹਿਣੀ ਚਾਹੀਦੀਆਂ, ਤਾਂ ਕਿ ਉਹ ਜੇ ਸਾਡੇ ਅੰਦਰ ਜੋ, ਕਿਉਂਕਿ ਲਗਾਤਾਰ ਸਾਡੇ ਅੰਦਰ ਗੰਦੀ ਹਵਾ ਜਾਂਦੀ ਹੈ, ਸਾਡੇ ਅੰਦਰ ਸਰਵੀਸ਼ਨ ਹੁੰਦੀਆਂ ਨੇ, ਬਾਡੀ ਜਦੋਂ ਆਪਣੇ ਆਪ ਨੂੰ ਡਿਫੈਂਡ ਕਰਨਾ ਚਾਹੁੰਦੀ ਹੈ ਤਾਂ ਬਾਡੀ ਉਹਦੇ ਲਈ ਪਾਣੀ ਵਰਗੀ ਚੀਜ਼ ਬਣਾਉਂਦੀ ਹੈ, ਤਾਂ ਕਿ ਉਹ ਪਾਣੀ 'ਚ ਘੁਲ ਕੇ ਜਿਹੜੀ ਗੰਦਗੀ ਹੈ ਵਾਪਸ ਆ ਜਾਵੇ। ਉਹ ਜਿਹੜਾ ਪਾਣੀ ਬਣਦਾ, ਨੱਕ 'ਚੋਂ ਪਾਣੀ ਵਗਦਾ ਜਾਂ ਬਲਗਮ ਆਉਂਦੀ ਹੈ, ਇਹ ਕੋਈ ਮਾੜੀ ਚੀਜ਼ ਨਹੀਂ ਹੈ, ਮਾੜੀ ਚੀਜ਼ ਨਹੀਂ ਹੈ, ਇੱਕ ਕਾਹਦੀ ਨਿਸ਼ਾਨੀ ਹੈ ਕਿ ਸਰੀਰ ਜਿਹੜਾ ਉਹ ਜੋ ਗੰਦਗੀ ਜਾ ਰਹੀ ਸਾਡੇ ਸਰੀਰ ਦੇ ਅੰਦਰ ਬਣਨ ਦੀ ਕੋਸ਼ਿਸ਼ ਕਰ ਰਹੀ ਹਵਾ ਰਾਹੀਂ, ਤਾਂ ਉਹਨੂੰ ਉਹਦੇ ਘੋਲ ਕੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਅਤੇ ਬਾਹਰ ਨਿਕਲਦੀ ਰਹਿਣੀ ਚਾਹੀਦੀ ਹੈ। ਤਾਂ ਹੀ ਆਪਾਂ ਗੱਲ ਕੀਤੀ ਸੀ ਕਿ ਜਿਹੜੀਆਂ ਖਾਂਸੀ ਨੂੰ ਦਬਾਉਣ ਵਾਲੀਆਂ ਦਵਾਈਆਂ ਨੇ ਇਹ ਬਹੁਤ ਘੱਟ ਲੈਣੀਆਂ ਚਾਹੀਦੀਆਂ ਨੇ ਜਾਂ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਖਾਂਸੀ ਇੱਕ ਬਹੁਤ ਹੀ ਕੁਦਰਤ ਦਾ ਸੁੰਦਰ ਡਿਫੈਂਸ ਮੈਕਨਿਜ਼ਮ ਹੈ। ਛਿੱਕਾਂ ਔਰ ਖਾਂਸੀ ਜਿਹੜੀ ਹੈ ਇਹ ਬਹੁਤ ਹੀ ਕੁਦਰਤ ਦਾ ਬਹੁਤ ਹੀ ਵਧੀਆ ਇੱਕ ਸਾਡਾ ਸੁਰੱਖਿਆ ਪ੍ਰਣਾਲੀ ਦਾ ਇੱਕ ਤਰੀਕਾ ਹੈ ਸਾਡੇ ਸਾਹ ਪ੍ਰਣਾਲੀ ਨੂੰ ਸਟਰੋਂਗ ਰੱਖਣ ਲਈ। ਔਰ ਛਿੱਕਾਂ ਵਧੀਆ ਆਉਣ ਔਰ ਖਾਂਸੀ ਜਿਹੜੀ ਹੈ ਉੱਠੇ ਅਤੇ ਬਲਗਮ ਕੱਢ ਦੇਵੇ, ਉਹ ਵਧੀਆ ਗੱਲ ਹੈ। ਖਾਂਸੀ ਦੀ ਜੜ ਜਾਵੇ ਉਹ ਵੱਖਰੀ ਗੱਲ ਹੈ, ਉਹਦਾ ਇਲਾਜ ਕਰਾਂਗੇ ਕਰਦੇ ਹਾਂ ਆਪਾਂ, ਲੇਕਿਨ ਖਾਂਸੀ ਨੂੰ ਦਬਾਉਣਾ ਨਹੀਂ ਚਾਹੀਦਾ। ਇਸੇ ਤਰ੍ਹਾਂ ਜਿਹੜੀ ਅਸੀਂ ਉਹ ਗੋਲੀਆਂ ਖਾਂਦੇ ਹਾਂ ਜ਼ੁਕਾਮ ਨੂੰ ਦੱਬਣ ਵਾਲੀਆਂ, ਸੁੱਕਾ ਕਰਨ ਵਾਲੀਆਂ, ਜਿਹਨੂੰ ਆਪਾਂ ਸੈਟਰੀਜੀਨ ਅਤੇ ਲੀਵੋਸੈਟਰੀਜੀਨ ਅਤੇ ਏਵਲ ਅਤੇ ਪਤਾ ਨਹੀਂ ਕਿਆ ਕਿਆ ਨਾਂ ਦਿੰਦੇ ਹਾਂ ਅਤੇ ਐਂਟੀਹਿਸਟਾਮਿਨਿਕਸ ਕਹਿੰਦੇ ਉਹਨੂੰ, ਜਿਹੜਾ ਕਿ ਵਗਦੇ ਜ਼ੁਕਾਮ ਨੂੰ ਸੁਕਾ ਦਿੰਦਾ ਇੱਕਦਮ, ਉਹ ਬਹੁਤ ਹੀ ਖਤਰਨਾਕ ਹੈ, ਉਹਨੂੰ ਨਹੀਂ ਵਰਤਣਾ ਚਾਹੀਦਾ, ਕਿਉਂਕਿ ਕੁਦਰਤ ਕੀ ਕਰ ਰਹੀ ਹੈ, ਉਹ ਕੁਦਰਤ ਵਿਰੋਧੀ ਹੈ। ਕੁਦਰਤ ਕੀ ਕਰ ਰਹੀ ਹੈ, ਕੁਦਰਤ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਆਪਣੇ ਪਾਣੀ ਬਣਾ ਕੇ ਤੁਹਾਡੇ ਸਾਹ ਪ੍ਰਣਾਲੀ 'ਚ ਪਾਣੀ ਪੈਦਾ ਕਰਕੇ, ਲੇਸ ਪੈਦਾ ਕਰਕੇ ਉਸ ਚੀਜ਼ ਨੂੰ ਬਾਹਰ ਕੱਢਣ ਦੀ। ਅਸੀਂ ਕੀ ਕਰ ਰਹੇ ਹਾਂ, ਉਹਨੂੰ ਸੁੱਕਾ ਕਰਕੇ ਅੰਦਰ ਰੱਖ ਰਹੇ ਹਾਂ, ਤੋ ਗੰਦਗੀ ਨੂੰ ਅੰਦਰ ਸਾਂਭ ਰਹੇ ਅਸੀਂ ਉਹ ਗੋਲੀਆਂ ਦਵਾਈ ਖਾ ਕੇ। ਇਸ ਕਰਕੇ ਜਿਹੜੀ ਹੈ ਉਹਨੂੰ ਦਬਾਉਣ ਵਾਲੀ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ, ਉਹ ਬਹੁਤ ਹੀ ਮਾੜੀ ਜਿਹੜੀ ਰੂਟੀਨ ਹੈ, ਕਿਉਂਕਿ ਐਲੋਪੈਥਿਕ ਸਿਸਟਮ ਦੇ ਅੰਦਰ ਇੱਕ ਜਿਹੜਾ ਸਿਮਟਮ ਸਪਰੈਸ਼ਨ ਕਹਿੰਦੇ ਆ ਕਿ ਅਲਾਮਤਾਂ ਨੂੰ ਦਬਾ ਦਿਓ, ਉਹਦੇ ਇੱਕ ਵਾਰੀ ਤਾਂ ਬੰਦਾ ਮਹਿਸੂਸ ਕਰਦਾ ਵੀ ਬੱਲੇ ਬੱਲੇ ਕੰਮ ਵੀ ਚਲਾ ਜਾਂਦਾ, ਜੇ ਪਹਿਲਾਂ ਕੰਮ ਨਹੀਂ ਕਰ ਪਾ ਰਿਹਾ ਸੀ ਹੁਣ ਕੰਮ ਕਰ ਲੈਂਦਾ, ਛਿੱਕਾਂ ਆ ਰਹੀਆਂ ਤਾਂ ਬਾਹਰ ਜਾਣਾ ਤਾਂ ਬਾਹਰ ਕਿਵੇਂ ਜਾਵਾਂ, ਤਾਂ ਉਹਦੀ ਇੱਕ ਵਾਰੀ ਤਾਂ ਬੰਦੇ ਦੀ ਜਿਹੜੀ ਹੈ ਸਮੱਸਿਆ ਹੱਲ ਹੋ ਜਾਂਦੀ ਹੈ, ਲੇਕਿਨ ਲੰਬੇ ਸਮੇਂ 'ਚ ਸਮੱਸਿਆ ਜਾਂ ਤਾਂ ਵੱਧ ਜਾਏਗੀ, ਜ਼ਿਆਦਾ ਮਾਰੂ ਹੋ ਜਾਏਗੀ, ਜਾਂ ਲੰਬੀ ਹੋ ਜਾਏਗੀ। ਸੋ ਸਿਮਟਮ ਸਪਰੈਸ਼ਨ ਕੋਈ ਵੀ ਕਰਾਂਗੇ ਆਪਾਂ ਤਾਂ ਸਮੱਸਿਆ ਨੂੰ ਅਸੀਂ ਜੜ੍ਹ ਤੋਂ ਨਹੀਂ ਫੜ ਰਹੇ, ਅਸੀਂ ਸਿਰਫ ਫੌਰ
खतरनाक भी ज्यादा हो सकती है तो लंबी भी हो सकती है। तो इस करके आमतां नूं दबाउणा, जिहड़ा छिक्कां नूं दबाउणा, खांसी नूं दबाउणा जां पाणी वगदे नूं दबाउणा, तो ये जिहड़े चीज़ां ने साह प्रणाली च बहुत। एक आपां गल कीती सी बुखार जिहड़ा पूरे शरीर वास्ते पूरे शरीर दा डिफेंस मैकेनिज्म नूं एन कंडे ते वार फुटिंग ते चंगी पद्धर ते लियाउण वास्ते बुखार हुंदा। कुदरत ने सानूं बहुत वड्डा गिफ्ट दित्ता बुखार, कि जे जे तुहाडे शरीर च कोई खतरनाक किस्म दा कीटाणु वड़ गया जां तुहानूं मार सकदा है जां तुहानूं बीमार बहुत गंभीर कर सकदा है, तां शरीर फिर बुखार कर दिंदा। ते जे बुखार जदों हुंदा तां बुखार दे अंदर फिर ओह लड़ाई जिहड़ी है पूरे जंगी पद्धर ते ली जांदी है। ते जदों असीं बुखार उतार दिंदे हां गोली खा के, तां असीं उद्दां ही आ जिद्दां फौजी दी बंदूक खोलो ते उहनूं कहो वी तूं उहीं लड़ बिना बंदूक दे। तो इहो जिहा बुखार है उहनूं असीं गोली खा के नहीं उतारना, कदी वी बुखार उतरन दी गोली नहीं खानी। बुखार उतरन दी गोली खाण दी बजाय बुखार नूं खतरनाक पद्धर ते वधण तों रोकण लई पाणी दी पट्टी जिहड़ी हुंदी है उह ज़्यादा बेहतर हुंदी है, क्योंकि उहदे च असीं कैलकुलेट कर सकदे हां कि इन्ना बुखार असीं उतारना 2 डिग्री उतारना। बस गोली 'च तुसीं कैलकुलेशन नहीं कर सकदे, तुसीं गोली खाओगे तो चक्के उह नॉर्मल तों वी थल्ले मारेगी। तो इस करके उह जिहड़ा बड़ा माड़ा वतीरा जिहड़ा नहीं करना चाहीदा। जिहड़ा खतरनाक बुखार दा लैवल है वड्डे 'च कोशिश करनी चाहीदी है 104 टच करदा कर जाए कोई गल नहीं, लेकिन जो 104 क्रॉस करता तो लंबा समा नहीं रहना चाहिए, क्योंकि 104 तो उपर जो जाएगा 105-106 जाएगा तो फिर कई बार कोई खतरा हो सकता है। बच्चों थोड़ा जा हो 1 डिग्री होर थले आ जाओ, क्योंकि बच्चों के अंदर हाई फीवर से कई बार फिट पै जाता है। हालांकि फिट का कोई नुकसान नहीं हुंदा एडा जे आपां पता हो कि फिट बुखार करके है, पर फिर भी देखने को बड़ा अजीब जहा लगता है, माँ बाप लिए बड़ी समस्या खड़ी हो जाती है। तो वो उदा फिट्स नूं किवें रोकना है, किवें प्रिवेंट करना है बुखार च, उहदे तरीके हैगे उहदी गल नहीं करदे। तो वह बुखार नूं नहीं तारना, बुखार नूं तारने वास्ते असीं पट्टियां वरतनियां ने, 4 पट्टियां लैके ते पानी च भिओ लो, उहनूं निचोड़ के दो पिंजणियां दे उपर, दोनों पिंजणियां ते इक मत्थे ते ते चौथी बाल्टी च उहनूं बारी-बारी मिंट-मिंट बाद बदली जाओ पट्टी नूं। 5 मिंट तुसीं देखोगे कि बुखार जिहड़ा 1-2 डिग्री घट के सेफ लिमिट ते आ गया। सो सेफ लिमिट ते रख के बुखार नूं जारी रहण देना वो ज़्यादा बेहतर है, उहदे नाल जिहड़ी बीमारी है जल्दी ठीक हुंदी है। तो इस करके बुखार नूं आपां ने नहीं उतारना। ਗਰਾਰਿਆਂ ਦੀ ਤੇ ਭਾਫ ਦੀ ਆਪਾਂ ਗੱਲ ਕਰਨੀ ਸੀ ਕਿ ਗਰਾਰੇ ਕਰਨੇ ਆ ਉੱਪਰਲਾ ਸਿਸਟਮ ਠੀਕ ਰੱਖਣ ਲਈ। ਗਰਾਰਿਆਂ ਦੇ ਨਾਲ ਜੁੜੀ ਹੋਈ ਨੇਤੀ, ਗਰਾਰੇ ਤਾਂ ਸਿਰਫ ਗਲਾ ਸਾਫ਼ ਕਰਦੇ ਨਾ, ਨੇਤੀ ਜਿਹੜੀ ਹੈ ਨੱਕ ਦੇ ਅੰਦਰ ਜਿਹੜੇ ਸਾਈਨਸਿਸ ਦੇ ਜਿੱਥੇ ਮੋਰੀਆਂ ਖੁੱਲਦੀਆਂ ਨੇ ਉਹਨਾਂ ਮੋਰੀਆਂ ਨੂੰ ਖੋਲਦਾ। ਨਮਕ ਵਾਲਾ ਪਾਣੀ ਜਿਹੜਾ ਹੁੰਦਾ ਤੁਹਾਡੇ ਸਰੀਰ ਦੇ ਅੰਦਰ ਦੀ ਸੋਜਿਸ਼ ਨੂੰ ਘਟਾਉਂਦਾ। ਆਪਾਂ ਕਰਦੇ ਹਾਂ ਕਿ ਜਦੋਂ ਕੋਈ ਜੋੜੋ ਸੁੱਜਿਆ ਹੋਵੇ ਕੋਈ, ਤਾਂ ਆਪਾਂ ਕਹਿੰਦੇ ਨਮਕ ਵਾਲੇ ਪਾਣੀ 'ਚ ਰੱਖ ਲਓ, ਜੇ ਸੋਜਿਸ਼ ਆ ਰਹੀ ਤਾਂ ਨਮਕ ਵਾਲੇ ਪਾਣੀ, ਤਾਂ ਉਹੀ ਇਸ ਉਹ ਸੋਜਾ ਘੱਟ ਜਾਂਦਾ ਉਹਦੇ ਨਾਲ। ਤੋ ਇੱਦਾਂ ਹੀ ਗਲੇ ਦਾ ਸੋਜਾ ਜਦੋਂ ਨਮਕ ਵਾਲੇ ਪਾਣੀ ਦੇ ਆਪਾਂ ਗਰਾਰੇ ਕਰਦੇ ਹਾਂ ਤਾਂ ਉਹਦੇ ਨਾਲ ਸੋਜਾ ਘੱਟ ਜਾਂਦਾ। ਤਾਂ ਨਮਕ ਵਾਲੇ ਪਾਣੀ ਦੇ ਗਰਾਰੇ ਆਪਾਂ ਕਰ ਸਕਦੇ ਹਾਂ ਨਮਕ ਨਾਲ, ਜਾਂ ਉਹਦੇ ਹਲਦੀ ਵੀ ਪਾ ਸਕਦੇ ਹਾਂ, ਗਰਾਰੇ ਕਰ ਸਕਦੇ ਹਾਂ। ਲੇਕਿਨ ਜਦੋਂ ਨੱਕ ਨੇਤੀ ਕਰਨੀ, ਨੇਤੀ ਜਲ ਨੇਤੀ ਥੋੜ੍ਹੀ ਪਾਣੀ ਦੀ ਲੈ ਕੇ ਨੱਕ ਰਾਹੀਂ ਇਕੱਲੀ ਗਲੀ ਨਾਸ ਉੱਪਰ ਖਿੱਚਣਾ, 2-3 ਵਾਰੀ 1 ਪਾਸਿਓਂ, 2-3 ਵਾਰੀ 1 ਪਾਸਿਓਂ, ਉਹਦੇ ਨਾਲ ਫਿਰ ਬਾਅਦ ਥੋੜ੍ਹਾ ਜਿਹਾ ਸੁਣਕ ਕੇ ਪੁਜੀਸ਼ਨ ਸਿਰ ਨੀਵਾਂ ਕਰਕੇ ਉਹ ਪਾਣੀ ਕੱਢ ਦੇਣਾ। ਦੂਜੀ ਗੱਲ ਲੋਟੇ ਨਾਲ ਵੀ ਲੈਤੀ ਹੋ ਜਾਂਦੀ ਹੈ, ਉਹ ਸਿੱਖਣੀ ਪੈਂਦੀ ਹੈ, ਲੋਟੇ ਨਾਲ ਵੀ ਜਲ ਨੇਤੀ ਹੋ ਜਾਂਦੀ ਹੈ। ਔਰ ਉਸ ਤੋਂ ਵੀ ਅਗਰ ਫਿਰ ਵੀ ਅਗਰ ਸਿਮਟਮ ਨਾ ਠੀਕ ਹੋ ਰਹੇ ਹੋਣ ਤਾਂ ਫਿਰ ਰਬੜ ਨੇਤੀ ਵੀ ਹੁੰਦੀ ਹੈ ਯੋਗਾ ਦੇ ਅੰਦਰ, ਉਹ ਫਿਰ ਯੋਗਾ ਵਾਲੇ ਕਿਸੇ ਟੀਚਰ ਤੋਂ ਸਿੱਖਣੀ ਪੈਗੀ। ਅਤੇ ਉਹ ਜਿਹੜੀ ਹੈ ਭਾਫ਼ ਜਿਹੜੀ ਬਹੁਤ ਹੀ ਵਧੀਆ ਚੀਜ਼ ਹੈ, ਸਾਹ ਪ੍ਰਣਾਲੀ ਲਈ ਭਾਫ਼ ਬਹੁਤ ਹੀ ਉੱਤਮ ਚੀਜ਼ ਹੈ। ਲੇਕਿਨ ਭਾਫ਼ ਦੇ ਵੀ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ, ਉਹ ਸੇਫ ਰਹਿ ਕੇ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਅੱਗ ਦੇ ਨੇੜੇ ਜਾਂ ਹੀਟਰ ਦੇ ਨੇੜੇ ਜਾਂ ਕਿਤੇ ਗੈਸ ਦੇ ਨੇੜੇ ਬੈਠ ਕੇ ਭਾਫ਼ ਕਰਦੇ ਹਾਂ ਤਾਂ ਕਈ ਵਾਰੀ ਅੱਗ ਲੱਗ ਜਾਂਦੀ ਹੈ ਤੇ ਕਈ ਵਾਰੀ ਬਰਨਸ ਹੋ ਜਾਂਦੇ ਆ। ਤਾਂ ਉਹਦੇ ਤੋਂ ਥੋੜ੍ਹਾ ਜਿਹਾ ਚੇਤੰਨ ਰਹਿ ਕੇ ਸਾਵਧਾਨੀਆਂ ਲੈ ਕੇ ਭਾਫ਼ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਇਵਨ ਬੱਚਿਆਂ ਨੂੰ ਵੀ ਭਾਫ਼ ਦੇ ਸਕਦੇ ਹਾਂ, ਥੋੜ੍ਹਾ ਜਿਹਾ ਬਹੁਤ ਨੇੜੇ ਨਾ ਬੈਠੋ ਭਾਫ਼ ਦੇ ਬੱਚੇ ਦੇ ਮਾਮਲੇ 'ਚ, ਕਿਉਂਕਿ ਬੱਚਾ ਅੱਖਾਂ ਨਹੀਂ ਬੰਦ ਕਰਦਾ। ਜੇ ਬੱਚਾ ਵੱਡਾ ਤਾਂ ਅੱਖਾਂ ਬੰਦ ਕਰਾ ਲਓ ਉਹਨੂੰ, ਜੇ ਬੱਚਾ ਵੱਡਾ ਨਹੀਂ ਹੈ ਤਾਂ ਅੱਖਾਂ ਨਹੀਂ ਬੰਦ ਕਰਦਾ, ਤਾਂ ਫਿਰ ਥੋੜ੍ਹਾ ਦੂਰ ਬੈਠੋ ਤਾਂ ਕਿ ਕੋਸੀ ਜੀ ਭਾਫ਼ ਅੱਖਾਂ 'ਚ ਲੱਗ ਵੀ ਜਾਏਗੀ, ਕੋਈ ਗੱਲ ਨਹੀਂ, ਬਹੁਤ ਗਰਮ ਭਾਫ਼ ਨਹੀਂ ਲੱਗਣੀ ਚਾਹੀਦੀ। ਉਹਦਾ ਤਰੀਕਾ ਹੁੰਦਾ ਕਿ ਬੱਚੇ ਦਾ ਮੂੰਹ ਜਿਹੜਾ ਆਪਣੇ ਮੂੰਹ ਦੇ ਬਰਾਬਰ ਰੱਖੋ, ਤਾਂ ਕਿ ਆਪਾਂ ਨੂੰ ਜੱਜਮੈਂਟ ਹੁੰਦੀ ਰਹੇ ਕਿ ਭਾਫ਼ ਕਿੰਨੀ ਗਰਮ ਹੈ। ਜੇ ਆਪਾਂ ਬੱਚੇ ਦਾ ਮੂੰਹ ਆਪਣੇ ਬਰਾਬਰ ਰੱਖ ਕੇ ਨਾਲ ਹੀ ਬੈਠ ਜਾਵਾਂਗੇ, ਨਾਲ ਅਸੀਂ ਆਪ ਵੀ ਭਾਫ਼ ਲਈ ਜਾਵਾਂਗੇ, ਤਾਂ ਬੱਚੇ ਨੂੰ ਵੀ ਭਾਫ਼ ਦਿੱਤੀ ਜਾ ਸਕਦੀ ਹੈ। ਲੇਕਿਨ ਥੋੜ੍ਹਾ ਜਿਹਾ ਪ੍ਰੀਕੋਸ਼ਨ ਜਿਹੜੀਆਂ ਸਾਵਧਾਨੀਆਂ ਜ਼ਿਆਦਾ ਲੈਣੀਆਂ ਨੇ ਕਿ ਬੱਚੇ ਦੇ ਅੰਦਰ ਭਾਫ਼ ਬਹੁਤ ਜ਼ਿਆਦਾ ਗਰਮ ਨਾ ਹੋਵੇ, ਉਹਦੀ ਅੱਖਾਂ ਦੇ ਅੰਦਰ ਟੱਚ ਨਾ ਕਰੇ, ਅੱਖਾਂ ਦੇ ਅੰਦਰ ਗਰਮ ਭਾਫ਼ ਨਹੀਂ ਟੱਚ ਕਰਨੀ ਚਾਹੀਦੀ। ਤਾਂ ਉਹ ਜਿਹੜੀ ਭਾਫ਼ ਹੈ ਉਹ ਬਹੁਤ ਹੀ ਵਧੀਆ ਚੀਜ਼ ਹੁੰਦੀ ਹੈ, 2 ਵਾਰੀ ਵੀ ਦਿਨ 'ਚ ਲੈ ਸਕਦੇ, ਨਹੀਂ ਘੱਟੋ ਘੱਟ ਸੌਣ ਲੱਗਿਆਂ ਜ਼ਰੂਰ ਲੈਣੀ ਪੈਂਦੀ ਹੈ, ਕਿਉਂਕਿ ਸੌਣ ਲੱਗਿਆਂ ਅਗਰ ਸਾਡਾ ਸਾਹ ਪ੍ਰਣਾਲੀ ਦਾ ਰਸਤਾ ਖੁੱਲ ਜਾਏਗਾ ਤਾਂ ਸਾਨੂੰ ਨੀਂਦ ਵੀ ਵਧੀਆ ਆਏਗੀ, ਅਤੇ ਦੂਜੀ ਗੱਲ ਸੌਣ ਲੱਗਿਆਂ ਫਿਰ ਜਿਹੜੀਆਂ ਕੁਦਰਤ ਆਪਣਾ ਕੰਮ ਕਰ ਰਹੀ ਹੈ ਸਾਰਾ ਕੁਝ ਠੀਕ ਕਰਨ ਦਾ, ਉਹ ਵੀ ਵਧੀਆ ਕਰ ਸਕੇਗੀ। ਜਿਹੜੀ ਭਾਫ਼ ਲੈਣੀ ਹੈ ਬਹੁਤ ਹੀ ਉੱਤਮ ਚੀਜ਼ ਹੈ। ਅਤੇ ਉਸ ਤੋਂ ਬਾਅਦ ਸੀਗੀ ਆਪਣੀ ਆਈ ਸੀਗੀ ਕਿ ਜਿਹੜੇ ਸਭ ਤੋਂ ਸਾਹ ਪ੍ਰਣਾਲੀ 'ਚ ਜ਼ਰੂਰੀ ਹੈ ਕਿ ਸਾਹ ਪ੍ਰਣਾਲੀ ਦੇ ਪੱਠੇ ਮਜ਼ਬੂਤ ਹੋਣੇ ਚਾਹੀਦੇ ਆ। ਪੱਠੇ ਸਾਰੇ ਸਰੀਰ ਦੇ ਮਜ਼ਬੂਤ ਹੋਣੇ ਚਾਹੀਦੇ ਆ, ਲੇਕਿਨ ਪੱਠੇ ਸਾਹ ਪ੍ਰਣਾਲੀ ਦੇ ਖਾਸ ਕਰਕੇ ਮਜ਼ਬੂਤ ਹੋਣੇ ਚਾਹੀਦੇ, ਕਿਉਂਕਿ ਸਾਹ ਪ੍ਰਣਾਲੀ ਜਿਹੜੀ ਹੈ ਸਾਡੇ ਸਰੀਰ ਦੀ ਬਹੁਤ ਹੀ ਜਿਹਨੂੰ ਕਹਿੰਦੇ ਆ ਸੈਂਟਰਲ ਕੇਂਦਰੀ ਅੰਗ ਨੇ, ਜਿਹਦੇ ਰਾਹੀਂ ਸਾਡਾ ਜਿਹੜਾ ਜੀਵਨ ਚੱਲਦਾ।
जे साह प्रणाली कमजोर होगी सारा शरीर कमजोर होएगा। साह प्रणाली चढ़ी मजबूत और कंडे से रखने वास्ते सू साह प्रणाली पट्ठे ठीक रखने जरूरी ने। साह प्रणाली के पट्ठे वास्ते जनरल एक्सरसाइज करनी वो तो है ही है, पेट के पट्ठे जो मजबूत होने जो जिन्हें लिखा की अगर गोगड़ जी वही होंगी उन्होंने समझो भी साह प्रणाली नुकसदार होगी, वह साह प्रणाली भी उन्होंने कमजोर होगी क्योंकि जो अभी लंबा साह लें तो पेट के पट्ठे भी काम करते हैं, जो गोगड़ जी वजी उ चर्बी जम जाती है तो पेट के पट्ठे फिर वधिया काम नहीं कर सकते, वह की होंगे कि साह प्रणाली कमजोर होंगी है। इस तरह साह प्रणाली मजबूत करने छिक्कां जदों आउण तां जोर जोर की मारनियां, जदों खंघ आवे खंघ जोर जोर की करनी, ये अपने पुराने जमाने जो करते हुए गल च दातन मार के जोर जोर की खौ खौ करना, सवेरे बाथरूम च जो नहाने लगते हो तो एक बार चाहे उंगल नाल उंगल मार ली गल च उंगल मार के थोड़ा जोर की खांसी करनी, उहदे नाल की हुंदा साह जिथे तक बलगम निकल जाती है उत्थे साह प्रणाली के पट्ठे भी मजबूत होंदे आ। फिर जोर जोर की हसना, जोर जोर की हसना, जोर जोर की गाउणा जिहड़ा है बहुत बाकी प्राणायाम तो जिहड़े योगा दे हैगे, प्राणायाम तो फिर सिरे की चीज़ है ना, प्राणायाम जिहड़े ने कोशिश करनी चाहिए कि अज के युग के अंदर सब नूं योगा आना चाहिए। आसन जिहड़े ने शरीर के पट्ठे और हड्डियां मजबूत रखने लई बहुत वधिया हुंदे आ, और प्राणायाम जिहड़े ने साह प्रणाली पट्ठे हड्डियां जिहड़े साह प्रणाली मजबूत करने लई बहुत वधिया चीज़ है, तो योगा सीखना चाहिए सब नूं, तो वो भी जिहड़ा हैगा। तो लास्ट जिहड़ी सी आपां गल कीती सी कि इम्यूनिटी नूं स्ट्रोंग रखने वास्ते बेहद जरूरी है भोजन। इम्यूनिटी का जरा एक गल जी बड़ी स्पष्ट तौर पर समझनी जरूरी है, इम्यूनिटी का विज्ञान के अंदर जो नव खोजा हुई ने जो पिछले 15-20 साल से बदकिस्मती खोजा मेडिकल प्रोफेसन ने अज तक भी अडोप्ट नहीं की। मेडिकल प्रोफेसन जी इम्यूनिटी की समझ से खड़ा वो बहुत ही पुरानी है, जिसे सिर्फ टीकाकरण आता। इम्यूनिटी जी है बहुत वड्डा सिस्टम है, बॉडी का वैल कोआर्डीनेटड सिस्टम है, नक् के वालों तो लैके साड़ी चमड़ी की प्रोटैक्शन तो लैके साड़ी बॉडी पूरी सुरक्षा प्रणाली जी है हर कले कले सैल की है, कले कले सैल की सुरक्षा प्रणाली है। तो वह मल्टी लेयर्ड किस्म का जिमें VIP जैड सिक्योरिटी वाले की 4-5 लेयर होंगे ना सिक्योरिटी दी, इतने 4-5 नहीं इतने सैकड़े लेयरस ने। मान लो तुहाड़ी बॉडी तो चमड़ी चो कुछ लंघी तो फिर अगे दूजी लेयर शुरू होती है, फिर तीजी, फिर चौथी, फिर अल्टीमेटली सैल के लैवल तक भी इम्यूनिटी है। तो इम्यून सिस्टम एक बहुत बड़ा जिदा यूज एक कंप्यूटर होंगे तो कला कला का सारा काम एज ए सिस्टम ऑपरेट करता वो एज ए सिस्टम। तो इम्यूनिटी की जी समझ है वो बहुत जी हूँ अज विज्ञान ने जी समझी है वो बहुत ही बदल चुकी है, वो अंदर वैक्सीनेशन का रोल कोई नहीं है, वैक्सीनेशन उल्टा नुकसान करते हैं जी, उस जी जी वैक्सीनेशन की साइंस लैके आना चाहते हैं वो जी है वो बहुत पुरातन पुरानी इम्यूनिटी की समझ से आधारित है जी एंटीबॉडी की गल करती कल। तो इस करके मोटा मोटा अपने सारा जो रेस्पिरेटरी सिस्टम का साह प्रणाली का एक सिस्टम समझा सीगा कि किवें अपनी साह प्रणाली मजबूत रखने लिए आप अलग अलग लैवल दे काम कर सकते हैं। तो यह मेरे ख्याल से साह प्रणाली के उपर अगर मेरे ख्याल दो मिनट अगर कोई एक सवाल है तो आप लै सकते हैं, एक कोई सवाल आ रहा था बाकी अपना। हाँ जी एक होर डॉक्टर साहब के जिहड़े सारे वीरां नूं दस्स दिओ कुछ नवे वीर भी जुड़े आ कि साह प्रणाली बहुत संकेत दे विच डॉक्टर साहब ने बहुत ही वधिया तरीके नाल पिछले 2-3 दिन ला के लगातार जिहड़ी जानकारी दित्ती उह तुसीं अपने दरबारे खालसा दे YouTube चैनल ते जिन्हां कोल टाइम आ डॉक्टरी तौर ते अपने पूरा परिवार नूं ट्रेनिंग देनी चाहुंदे आ जां दोस्तां मित्रां नूं ट्रेनिंग देनी चाहुंदे इहदे बारे सिखणा चाहुंदे आ पूरा उह दरबारे खालसा दे YouTube चैनल ते जाके तुसीं पूरी इहदी जिहड़ी आ उह जानकारी लै सकदे आ पूरी साह प्रणाली दे रोगां दी।